ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਤੁਸੀਂ ਵੇਖ ਰਹੇ ਜੀ ਓਕਾੜਾ ਐਨੀਮਲ ਟੀਵੀ ਤੇ ਮੈਂ ਤੁਹਾਡਾ ਦੋਸਤ ਰਾਏ ਸਾਕਬ ਅਲੀ ਜੀ। ਇਸ ਤਰ੍ਹਾਂ ਕਿ ਓਕਾੜਾ ਐਨੀਮਲ ਟੀਵੀ ਦੀ ਟੀਮ ਕੋਸ਼ਿਸ਼ ਕਰਦੀ ਕਿ ਤੁਹਾਡੇ ਲਈ ਜਿਹੜਾ ਨਾ ਮੁਨਾਸਿਬ ਔਰ ਮਕੂਰ ਰੇਟ ਤੇ ਜਾਨਵਰ ਲੈ ਕੇ ਹਾਜ਼ਰ ਹੋਈਏ। ਜਨਾਬ ਸਾਡਾ ਕੰਮ ਹੁੰਦਾ ਤੁਹਾਨੂੰ ਜਾਨਵਰ ਵਹਾਣਾ ਤੇ ਅੱਗੇ ਸਿਲੈਕਸ਼ਨ ਕਰਨੀ ਤੁਹਾਡਾ ਕੰਮ ਹੁੰਦਾ ਹੈ। ਅਸੀਂ ਜਨਾਬੇ ਵਾਲੀ ਅੱਜ ਪਹੁੰਚੇ ਹਾਂ ਤਹਿਸੀਲ ਵਾ ਜ਼ਿਲ੍ਹਾ ਸਾਹੀਵਾਲ 61R ਦੇ ਵਿੱਚ। ਜਨਾਬ ਸਰਦਾਰ ਸਾਹਿਬ ਕੋਲ ਡੋਗਰ ਸਾਹਿਬ ਨੇ, ਉਹਨਾਂ ਕੋਲ ਦੋ ਵਹਿੜਾਂ ਨੇ, ਇੱਕ ਪਹਿਲਾ ਵਾਰਾ ਸੂਈ ਏ, ਇੱਕ ਦੂਸਰਾ ਵਾਰਾ ਸੁਣਦੀ ਏ। ਅਤੇ ਇਨਸ਼ਾਅੱਲਾ ਤਾਲਾ ਉਹਨਾਂ ਨਾਲ ਮਿਲਦੇ ਹਾਂ ਅਤੇ ਰੇਟ ਦੀਆਂ ਵੀ ਗੱਲਾਂ ਕਰਾਂਗੇ ਅਤੇ ਤੁਹਾਨੂੰ ਸਾਰਾ ਕੁਝ ਵਹਾਵਾਂਗੇ। ਅਤੇ ਬਾਕੀ ਸਾਡੀ ਮਿਹਨਤ ਦਾ ਮੁੱਲ ਇਹੀ ਹੁੰਦਾ ਕਿ ਜਿਹੜਾ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੀ ਬੈਲ ਦੀ ਘੰਟੀ ਨੂੰ ਦਬਾਓ। ਅਤੇ ਸਾਡਾ ਇਹ ਹੀ ਹੈ, ਐਂਡ ਤੀਕਰ ਵੀਡੀਓ ਨੂੰ ਵੇਖਿਆ ਕਰੋ ਕਿਉਂਕਿ ਤੁਹਾਨੂੰ ਰੇਟ ਅਤੇ ਜਾਨਵਰ ਦੀ ਜ਼ਾਤ ਪਾਤ ਦਾ ਹਰ ਚੀਜ਼ ਦਾ ਪਤਾ ਲੱਗਦਾ। ਅਤੇ ਤੂੰ ਬਾਹਰ ਚਲਾ ਜਾ, ਬਾਹਰ ਚਲਾ ਜਾ, ਬਾਹਰ ਚਲ। ਅੱਛਾ ਜਨਾਬ, ਹੁਣ ਮਿਲਦੇ ਹਾਂ ਮਾਲਕ ਨੂੰ ਅਤੇ ਮਾਲਕ ਦਾ ਨੰਬਰ ਵੀ ਤੁਹਾਨੂੰ ਲੈ ਕੇ ਦਿੰਦੇ ਹਾਂ ਅਤੇ ਬਕਾਇਆ ਜਾਨਵਰ ਵੀ ਤੁਹਾਨੂੰ ਵਹਾਵਾਂਗੇ। ਪਹਿਲੇ ਜਾਨਵਰ ਵਹਾ ਦਈਏ, ਬਾਅਦ 'ਚ ਮਾਲਕ ਨਾਲ ਗੱਲਾਂ ਕਰਾਂਗੇ। ਮੇਰਾ ਕੈਮਰਾਮੈਨ ਸਾਹਿਬ ਵਹਿੜ ਵਹਾਓ। ਇਹ ਜੀ ਪਹਿਲੇ ਨੰਬਰ 'ਤੇ ਵਹਿੜ ਏ ਜਨਾਬੇ ਵਾਲੀ। ਭਾਈਜਾਨ ਕਿਹੜੀ ਨਸਲ ਏ? ਫਰੀਜ਼ੀਅਨ। ਫਰੀਜ਼ੀਅਨ। ਅੱਛਾ ਸਰਦਾਰ ਜੀ, ਕੀ ਨਾਂ ਕੀ ਤੁਹਾਡਾ? ਨਦੀਮ ਡੋਗਰ ਸਾਹਿਬ। ਇਹ ਕਿੰਨਵਾਂ ਸੂਆ ਸੂਈ ਹੈ? ਪਹਿਲਾ ਸੂਆ ਸੂਈ ਹੈ। ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀਆਂ ਕਰਾ ਰਿਹਾ, ਮਾਸ਼ਾਅੱਲਾ ਜਾਨਵਰ ਦੀ ਜਿਹੜੀ ਨਾ ਜ਼ਾਤ ਪਾਤ ਨਸਲ ਹਰ ਚੀਜ਼ ਮੇਰੇ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ। ਮਾਸ਼ਾਅੱਲਾ ਸੋਹਣਾ ਲਿਬਾਸ ਏ ਅਤੇ ਇਹਦਾ ਹੁਣ ਤੁਹਾਨੂੰ ਤੁਰਨ ਫਿਰਨ ਵੀ ਵਹਾਵਾਂਗੇ। ਜਿਹੜਾ ਕੁਛ ਵੀ ਹੈਗਾ ਮੇਰੇ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਜਨਾਬ, ਸੋਹਣਾ ਮਾਸ਼ਾਅੱਲਾ ਆਪੋ ਆਪ ਬਿਰਲਾਂ ਦੇ ਵਿੱਚ ਥਾਣੇ ਅਤੇ ਅਸੀਲ ਬੜੀ ਹੈ ਮਾਸ਼ਾਅੱਲਾ। ਇਹ ਵੇਖੋ ਜੀ, ਰੁਗ ਰੁਗ ਦਾ ਥਾਣੇ ਪੂਰਾ ਹੈ। ਇਹ ਹੁੰਦਾ ਵੀ ਜ਼ਰਾ ਨਾ, ਇਹ ਵੇਖੋ ਚੁਆ ਵੀ ਮਾਸ਼ਾਅੱਲਾ ਸੋਹਣਾ ਅਤੇ ਇਹ ਜ਼ਰਾ ਚੁਆਈ ਦੇ ਵਿੱਚ ਵੀਡੀਓ ਲੰਬੀ ਹੋ ਜਾਂਦੀ ਹੈ ਅਤੇ ਅਸੀਂ ਤੁਹਾਨੂੰ ਜਿਹੜਾ ਨਾ ਮਾਲਕ ਦੀ ਥਣਾ ਥੁਣਾ ਦੀ ਹਰ ਚੀਜ਼ ਦੀ ਗਰੰਟੀ ਹੈ। ਮਾਸ਼ਾਅੱਲਾ ਬੜਾ ਪਿਆਰਾ ਔਰ ਅਸੀਲ ਜਾਨਵਰ ਹੈ ਵੇਖੋ ਜਨਾਬ, ਇਹ ਸੋਹਣਾ ਚੁਆ, ਠੀਕ ਹੈ ਕਿ ਨਹੀਂ? ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਜੋ ਕੁਛ ਵੀ ਹੈ ਵੇਖੋ, ਹੈ ਰੁਗ ਰੁਗ ਦਾ ਥਾਣੇ ਜਨਾਬ। ਮਾਸ਼ਾਅੱਲਾ ਜੀ, ਪੂਨੇ ਤਰ੍ਹਾਂ ਹੀ ਚੱਲਦੀ ਜਨਾਬੇ ਵਾਲੀ। ਅੱਛਾ ਜੀ, ਕਿੰਨੇ ਦਿਨਾਂ ਦੀ ਭਾਈਜਾਨ ਸੂਈ? ਤੈਨੂੰ 15 ਦਿਨ ਹੋ ਗਏ। 15 ਦਿਨ ਤੇ ਕੀ ਇਹਦੇ ਥੱਲੇ ਬੱਚਾ? ਕੀ ਬੱਚਾ ਹੈ? 15 ਦਿਨ ਹੋ ਗਏ ਨੇ ਸੂਈ ਨੂੰ ਅਤੇ ਵਹਿੜ ਜਨਾਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਅਤੇ ਕੋਈ ਚੀਜ਼ ਵੀ ਜਿਹੜੀ ਨਾ ਮੇਰੀ ਕੈਮਰੇ ਦੀ ਨਜ਼ਰ ਤੋਂ ਉਜਲ ਨਹੀਂ ਹੈਗੀ। ਭਾਈਜਾਨ ਛੱਡ ਕੇ ਆਪਣਾ ਟੋਰੋ ਹੈ ਨੂੰ ਟੋਰ ਕੇ ਵਹਾਓ, ਟੁਰਨ ਫਿਰਨ ਚੈੱਕ ਕਰਾ ਦਿਓ। ਹੈਲੋ ਕੈਮਰਾਮੈਨ ਸਾਹਿਬ, ਫੜੋ ਵਹਾਓ। ਇਹ ਜੀ ਮੇਰਾ ਕੈਮਰਾਮੈਨ ਹੈ, ਦੱਸੋ ਆਪਦਾ ਨਾਂ। ਹਾਂਜੀ, ਇਹ ਵਹਾਓ ਪਿੱਛੇ ਪਿੱਛੇ ਟੁਰਿਆ ਜਾ ਨਾਲ। ਅੱਛਾ ਜੀ, ਮਾਸ਼ਾਅੱਲਾ ਬੜੀ ਬੜਾ ਕੱਦ ਬੜਾ ਵਹਿੜ ਦਾ ਅਤੇ ਸੋਹਣੀ ਵਹਿੜ ਏ, ਅੱਲਾ ਪਾਕ ਨੇ ਸੋਹਣਾ ਜਾਨਵਰ ਬਣਾਇਆ ਅਤੇ ਮੂੰਹ ਕਿਵੇਂ ਭਾਈ ਜਾਨ? ਆ ਚੌਗੀ। ਅੱਛਾ, ਚੌਗ ਵਾਲੇ ਦੰਦ ਕੱਢਦੀ ਪਈ, ਮੈਂ ਮੂੰਹ ਪੱਟ ਕੇ ਵੇਖਿਆ, ਬੰਨ ਦਿਓ ਠੀਕ ਹੈ। ਅੱਛਾ ਜੀ, ਚੌਗ ਵਾਲੇ ਦੰਦ ਕੱਢਦੀ ਪਈ ਮੂੰਹੋਂ ਜੀ, ਜੋ ਕੁਛ ਵੀ ਇਹ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਜਨਾਬੇ ਵਾਲੀ। ਅਤੇ ਹੁਣ ਨਦੀਮ ਭਾਈ ਨਾਲ ਇਹਦੇ ਰੇਟ ਦੀ ਵੀ ਕਰਾਂਗੇ। ਭਾਈ ਨਦੀਮ, ਇਹ ਦੂਸਰਾ ਆਪਣੀ ਘਰ ਦੀ ਹੈ? ਹਾਂਜੀ, ਘਰ ਦੀ। ਦੋਵਾਂ ਟਾਈਮਾਂ ਦਾ ਕਿੰਨਾ ਦੁੱਧ ਕਰ ਜਾਂਦੀ? 16 ਕਿਲੋ ਕਰ ਜਾਂਦੀ। 16 ਕਿਲੋ ਦੁੱਧ ਕਰ ਜਾਂਦੀ? ਹਾਂਜੀ। ਵੇਖੋ, ਅਗਰ ਕੋਈ ਭਰਾ ਲੈਂਦਾ ਆਪਾਂ ਟਾਈਮ ਟੂ ਟਾਈਮ ਉਹਨੂੰ 16 ਕਿਲੋ ਚਵਾ ਲਾਂਗੇ। ਹਾਂ, ਚਵਾ ਲਾਂਗੇ। ਠੀਕ ਹੋ ਗਿਆ ਜੀ, ਮਾਸ਼ਾਅੱਲਾ। ਮਾਲਕ ਕਹਿੰਦੇ ਨੇ ਜੀ 16 ਲੀਟਰ ਦੁੱਧ ਦੇ। ਵੇਖੋ ਜੀ, ਜਿਹੜੀ ਨਸਲ ਹੈਗੀ ਹੈ ਨਾ, ਇਹਦੇ ਥੱਲੇ ਦੁੱਧ ਇੰਨਾ ਆਉਣਾ ਹੈ। ਨਸਲਾਂ ਜਿਹੜੀਆਂ ਨੇ ਬੜੀਆਂ ਆਲਾ ਨਸਲ ਏ ਅਤੇ ਮਾਸ਼ਾਅੱਲਾ ਹੈ ਵੇਖੋ, ਬੜੀ ਅਸੀਲ ਏ ਅਤੇ ਥਣ ਵੀ ਮਾਸ਼ਾਅੱਲਾ ਬੜਾ ਪਿਆਰਾ ਹੈ, ਲਾਜਵਾਬ ਹੈ। ਇਹ ਚੀਜ਼ਾਂ ਵੇਖੋ ਨਾ, ਸੋਹਣਾ ਚਵਾ ਹੈ। ਅੱਛਾ ਭਾਈ ਨਦੀਮ, ਮੈਂ ਤੇਰਾ ਆਓ ਹਾਂ ਕੈਮਰੇ ਦੇ ਸਾਹਮਣੇ। ਅਸਲਾਮ ਵਾਲੇਕੁਮ ਭਾਈ ਨਦੀਮ। ਵਾਲੇ
ਅੱਛਾ ਡੋਗਰ ਸਾਹਿਬ ਕੀ ਹਾਲ ਨੇ? ਖੈਰੀਅਤ ਹੈ? ਉਹ ਕੈਮਰੇ ਵੱਲੇ ਵੇਖੋ, ਤੁਹਾਡਾ ਜਿਹੜਾ ਨਾ ਸਮਝ ਲਓ ਇੰਟਰਵਿਊ ਹੋ ਰਿਹਾ ਹੈ। ਅੱਛਾ ਇਹ ਜਿਹੜਾ ਨਾ ਜਾਨਵਰ ਤੁਹਾਡਾ, ਆਪਾਂ ਨੈੱਟ 'ਤੇ ਔਨਲਾਈਨ ਹੀ ਦੇਣਾ ਕਿਸੇ ਭਰਾ ਨੂੰ। ਤੁਸੀਂ ਕਿਹਾ 16 ਲੀਟਰ, ਅਗਰ ਕੋਈ ਮੇਰਾ ਭਰਾ ਆ ਜਾਂਦਾ ਆਪਾਂ 16 ਲੀਟਰ ਚਵਾ ਕੇ ਦਿਆਂਗੇ ਇਨਸ਼ਾਅੱਲਾ ਤਾਲਾ। ਬਿਲਕੁਲ। ਅੱਛਾ ਇਹਨੂੰ ਖੁਰਾਕ ਸ਼ਰਾਕ ਕੇ ਜੀ ਦਿੰਦੇ ਜੀ? ਪੱਠੇ ਪਾਈ ਗਏ ਫਿਲਹਾਲ ਤਾਂ, ਇਹ ਸ਼ੁਰੂ ਨਹੀਂ ਕੀਤੀ, ਖਲ ਵਗੈਰਾ ਨਹੀਂ ਸ਼ੁਰੂ। ਅੱਛਾ ਚਲੋ, ਕੋਨੀ ਜਿੰਨੇ ਲੈਣੀ ਖਲ ਛਲ ਪਾ ਲੈਗੇ, ਯਾਨੀ ਕਿ ਪੱਠਿਆਂ 'ਤੇ ਹੀ ਇੰਨਾ ਦੁੱਧ ਅਤੇ ਮਜ਼ੀਦ ਵਧੇਗੀ ਜੇ ਅਗਰ ਕੋਈ ਕੇਅਰ ਕਰੇ। ਮਾਂ ਸੀਗੀ ਉਹ 30 ਲੀਟਰ ਤੱਕ ਅੱਪੜਦੀ ਸੀ। ਅੱਛਾ ਇਹਦੀ ਜਿਹੜੀ ਮਾਂ ਸੀ ਤੁਹਾਡੇ ਕੋਲ 30 ਲੀਟਰ ਤੋਂ ਅੱਪੜਦੀ ਰਹੀ? 3 ਲੱਖ ਦੀ ਵੇਚੀ। ਅੱਛਾ ਚਲੋ ਠੀਕ ਹੋ ਗਿਆ ਜੀ, ਇਸ ਤਰ੍ਹਾਂ ਦਾ ਜਾਨਵਰ ਹੁੰਦਾ ਅਤੇ ਤੁਸੀਂ ਇਹਦਾ ਕੀ ਇਹਦੀ ਡਿਮਾਂਡ ਕਰਦੇ ਜੇ? 2.5 ਲੱਖ ਜੀ। ਅੱਛਾ 2.5 ਲੱਖ ਰੁਪਇਆ। ਭਾਈ ਨਦੀਮ, ਗੱਲ ਇਹ ਵੀ ਅਸੀਂ ਵੀ ਜਿਹੜਾ ਨਾ ਜਾਨਵਰ ਸ਼ਾਨਵਰ ਵੀ ਵੇਖੀ ਨੇ, ਸਾਰਾ ਦਿਨ ਫੀਲਡ 'ਚ ਫਿਰਦਾ ਰਹਿੰਦਾ, ਤੁਸੀਂ ਜਦੋਂ ਵੇਖ ਲੈਂਦੇ ਜਿਹਨਾਂ ਨੂੰ ਪਤਾ ਨਹੀਂ ਕੈਮਰੇ 'ਤੇ ਖਬਰੇ, ਉਹਨਾਂ ਨੇ ਜਿਹੜੇ ਬੈਠੇ ਨੇ ਉਹ ਵੀ ਬੜੇ ਸਿਆਣੇ ਹੁੰਦੇ ਨੇ, ਹਰ ਚੀਜ਼ ਵੇਖਦੇ ਨੇ, ਵੇਖ ਕੇ ਜਿਹਨਾਂ ਨੇ ਰੁਪਈਏ ਦੇਣੇ ਨੇ ਉਹ ਫਿਰ ਵੇਖ ਕੇ ਲੈਂਦੇ ਨੇ, ਇਹ ਨਹੀਂ ਹੁੰਦਾ ਵੀ ਫੜ ਲਓ ਫੜ ਲਓ। ਅਤੇ ਕੋਈ ਸੋਹਣੀ ਜੀ ਗੱਲ ਦੱਸੋ, ਕਿਸੇ ਮੇਰੇ ਭਰਾ ਦੇ ਪਸੰਦ ਆਈ ਤਾਂ ਇਨਸ਼ਾਅੱਲਾ ਤਾਲਾ ਤੁਹਾਡਾ ਹੀ ਨੰਬਰ ਦਿਆਂਗੇ, ਤੁਸੀਂ ਆਪ ਹੀ ਦੇਣੀ, ਅਸੀਂ ਵਿੱਚੋਂ ਕੁਛ ਵੀ ਨਹੀਂ ਲੈਣਾ, ਆਪਦੀ ਖੁਸ਼ੀ ਨਾਲ ਸਾਨੂੰ ਜੋ ਦਿਓਗੇ ਆਪ ਹੀ ਨੇ, ਠੀਕ ਹੈ ਕਿ ਨਹੀਂ? ਅਤੇ ਤੁਸੀਂ ਹੁਣ ਦੱਸੋ ਵੀ ਕੀ ਇਹਦੀ ਕੋਈ ਫਾਈਨਲ ਜੀ ਡਿਮਾਂਡ ਜਿਹੜੀ ਨਾ, ਸੋਹਣੀ ਜੀ ਦੱਸੋ। ਫਾਈਨਲ ਡਿਮਾਂਡ 2 ਲੱਖ 30 ਹਜ਼ਾਰ ਤੋਂ ਘੱਟ ਨਹੀਂ ਦੇਣੀ। ਅੱਛਾ ਪੱਕਾ 2 ਲੱਖ 30 ਹਜ਼ਾਰ ਤੋਂ ਘੱਟ ਨਹੀਂ ਦੇਣੀ, ਕਿ ਕੋਈ ਪਿਆਰ ਮੁਹੱਬਤ ਹੋਰ ਨਹੀਂ ਹੋਣੀ? ਅੱਛਾ ਆਪਦਾ ਨੰਬਰ ਦਿਓ। 0304-8770-460। ਦੁਬਾਰਾ ਫਿਰ ਬੋਲਿਆ ਜੀ, 0304-8770-460। ਅੱਛਾ ਇਹ ਭਾਈ ਨਦੀਮ ਹੋਰਾਂ ਦਾ ਨੰਬਰ ਹੈ ਜੀ, ਇਹ ਗਾਂ ਇਹਨਾਂ ਕੋਲ, ਅਤੇ ਸਾਡਾ ਨੰਬਰ ਹੈਗਾ ਜੀ 0314-3976-252। 0314-3976-252। ਮੈਂ ਤੁਹਾਡਾ ਵੀਰ ਰਾਏ ਸਾਕਬ ਅਲੀ, ਜਿਸ ਤਰ੍ਹਾਂ ਕਿ ਤੁਹਾਡੇ ਲਈ ਮਿਹਨਤ ਕਰਕੇ ਬਾਹਰ 'ਚ ਫਿਰ ਕੇ ਜਾਨਵਰ ਲੱਭੀਦਾ, ਵੇਖੋ ਮਾਸ਼ਾਅੱਲਾ ਰਮਜ਼ਾਨ ਨੂੰ ਮੁਬਾਰਕ ਹੈ, ਇਫਤਾਰੀ ਦਾ ਵੀ ਟਾਈਮ ਹੁੰਦਾ ਪਿਆ, ਅਸੀਂ ਬੜੀ ਮਿਹਨਤ ਕਰਕੇ ਤੁਹਾਡੇ ਲਈ ਜਾਨਵਰ ਲੱਭਣੇ ਆ। ਸਾਡਾ ਮੁੱਲ ਇਹੀ ਹੁੰਦਾ ਕਿ ਸਾਡੀ ਵੀਡੀਓ ਨੂੰ ਵੇਖਿਆ ਕਰੋ ਅਤੇ ਜਾਨਵਰ ਦੀ ਜ਼ਾਤ ਪਾਤ ਹਰ ਸ਼ੈ ਤੁਹਾਡੀਆਂ ਅੱਖਾਂ ਦੇ ਸਾਹਮਣੇ, ਮੈਂ ਤਾਰੀਫਾਂ ਕੀਤੀ ਜਾਵਾਂ ਉਹ ਗੱਲਾਂ ਨਹੀਂ ਹੈਗੀਆਂ, ਤੁਹਾਡੀਆਂ ਅੱਖਾਂ ਦੇ ਸਾਹਮਣੇ ਜੋ ਕੁਛ ਵੀ ਹੈਗਾ ਜਾਨਵਰ ਜਿੰਨਾ ਕੁ ਹੈਗਾ ਤੁਹਾਡੇ ਸਾਹਮਣੇ, ਮਾਸ਼ਾਅੱਲਾ ਵੈੜ ਬੜੀ ਅਲ ਹੈ, ਨਸਲ ਦੀ ਚੰਗੀ ਹੈ, ਜੇ ਮੇਰੇ ਕਿਸੇ ਭਰਾ ਦੇ ਪਸੰਦ ਆਏਗੀ ਤਾਂ ਇਨਸ਼ਾਅੱਲਾ ਤਾਲਾ ਉਹਨੂੰ ਲੈ ਕੇ ਦਿਆਂਗੇ। ਡਿਮਾਂਡ ਤਾਂ ਮਾਲਕ ਨੇ 2.5 ਲੱਖ ਰੁਪਇਆ ਕੀਤੀ ਅਤੇ ਕਹਿੰਦਾ ਜੀ ਫਾਈਨਲ ਜਿਹੜੀ ਹੈ ਨਾ, ਫਾਈਨਲ ਜਿਹੜੀ ਹੈ 2 ਲੱਖ 30 ਹਜ਼ਾਰ ਦੇ ਵਿੱਚ ਦਿਆਂਗੇ, ਅਤੇ ਅੱਗੇ ਜੋ ਕੁਛ ਵੀ ਇਹ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ ਕੋਈ ਚੀਜ਼ ਨਹੀਂ ਹੈਗੀ ਓਝਲ, ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ ਸਾਡੇ ਨਾਲ ਰਾਬਤਾ ਕਰਨ, ਸਰਦਾਰ ਸਾਹਿਬ ਨਾਲ ਰਾਬਤਾ ਕਰਨ, ਉਹਨੂੰ ਲੈ ਕੇ ਦਿਆਂਗੇ। ਬੜੀ ਅਸੀਲ ਅਤੇ ਸ਼ਰੀਫ ਹੈ ਬੇਟਾ, ਥੱਲੇ ਬਹਿ ਬੈਠੇ ਨੂੰ ਬੈਠ ਕੇ ਚੈੱਕ ਕਰਾ, ਆਰਾਮ ਨਾਲ ਥਾਪੜੀ ਮਾਰ ਕੇ ਬੈਠ। ਇਹ ਵੇਖੋ ਜੀ ਬੱਚੇ ਜਿਵੇਂ ਮਰਜ਼ੀ ਥੱਲੇ ਬੈਠੀ ਜਾਣ, ਕਰਮਾ ਲਿਆ ਮੇਰਾ ਬੇਟਾ ਹੈ ਕੈਮਰਾਮੈਨ ਸਾਹਿਬ, ਇੱਧਰ ਵੇਖੋ ਇਹ ਨਾਲ ਹੁੰਦਾ ਫੀਲਡ ਦੇ ਵਿੱਚ, ਧਾਰ ਕੱਢੋ ਪੁੱਤਰ ਪੋਲੀਏ ਦਬਾ ਕੇ, ਹਾਂਜੀ ਮਾਸ਼ਾਅੱਲਾ ਪੋਲੀਏ, ਠੀਕ ਹੋ ਗਿਆ ਜੀ। ਅੱਛਾ ਜੀ ਇਹ ਜਾਨਵਰ ਤੁਹਾਨੂੰ ਨਿਭਾਤਾ, ਤਸੱਲੀਆਂ ਤੁਹਾਨੂੰ ਹੋ ਗਈਆਂ ਨੇ, ਹੁਣ ਇਹਨਾਂ ਕੋਲ ਇੱਕ ਹੋਰ ਜਾਨਵਰ ਹੈ ਅਤੇ ਉਹਦੀ ਵੀ ਉਹਨਾਂ ਕੋਲ ਪੁੱਛਣੇ ਆ ਡਿਮਾਂਡ, ਇਹਦੀ ਡਿਮਾਂਡ ਦਾ ਤੁਹਾਨੂੰ ਪਤਾ ਲੱਗ ਗਿਆ ਵੀ 2 ਲੱਖ 30 ਹਜ਼ਾਰ ਰੁਪਇਆ ਫਾਈਨਲ, ਕਈ ਮਾਲਕਾਂ ਨੇ ਨੰਬਰ ਉਹਨਾਂ ਦੇ ਕੋਲ ਤੁਹਾਡੇ ਕਿਸੇ ਮੇਰੇ ਭਰਾ ਦੇ ਪਸੰਦ ਆਉਂਦੀ ਅਤੇ ਰਾਬਤਾ ਕਰਨ ਇਨਸ਼ਾਅੱਲਾ ਤਾਲਾ। ਇਹ ਪਕੜੋ ਹੈਦਰਾ ਪੁੱਤਰ, ਇਹ ਕੈਮਰਾਮੈਨ ਸਾਹਿਬ ਪਕੜੋ। ਅੱਛਾ ਭਾਈ ਨਦੀਮ ਇਹ ਵੀ ਤੁਹਾਡੇ ਕੋਲ 10-15 ਦਿਨ ਲੈਂਦੀ ਹੈ? ਅੱਛਾ ਇਹ ਕਿਹੜੀ ਨਸਲ ਹੈ ਭਾਈ? ਅੱਛਾ ਜੀ ਇਹ ਵੀ ਆਪਣਾ ਇਹਨਾਂ ਨੇ ਘਰ ਹੀ ਰੱਖੇ ਨੇ ਜਾਨਵਰ, ਕੋਈ ਵਪਾਰੀਆਂ ਵਾਲਾ ਨਹੀਂ ਹਿਸਾਬ ਕਿਤਾਬ ਹੈਗਾ, ਉਹ ਨਸਲ ਵੀ ਦੱਸਣ ਲੱਗਿਆ ਥੋੜ੍ਹਾ ਜਿਹਾ ਝਿਚਕਦੇ ਨੇ, ਕਹਿੰਦੇ ਨੇ ਕਿ ਸਾਹੀਵਾਲ ਹੈ, ਅਤੇ ਆਪਾਂ ਵੀ ਇਹਨਾਂ ਨਸਲਾਂ ਨੂੰ ਸਮਝਦੇ ਹਾਂ। ਮੇਰੇ ਖਿਆਲ ਦੇ ਵਿੱਚ ਸਾਹੀਵਾਲ ਦੇ ਵਿੱਚ ਕੋਈ ਥੋੜ੍ਹਾ ਬਹੁਤਾ ਜਰਸੀ ਦਾ ਕਰਾਸ ਲਾ ਲਓ, ਦੇਸੀ ਦਾ ਕਰਾਸ ਲਾ ਲਓ, ਜਾਨਵਰ ਮਾਸ਼ਾਅੱਲਾ ਸੋਹਣਾ ਹੈ ਔਰ ਖੂਬਸੂਰਤ ਹੈ, ਠੀਕ ਹੈ ਕਿ ਨਹੀਂ? ਭਾਈ ਨਦੀਮ ਇਹ ਕਿਨਵਾ ਵਾਰਾ ਸੁਣਦੀ ਹੈ? ਮਾਸ਼ਾਅੱਲਾ ਸੋਹਣਾ ਸੋਹਣਾ ਥਾਣੇ, ਦੂਸਰਾ ਵਾਰਾ ਸੁਣਦੀ ਭਾਈ ਜਾਨ, ਥੱਲੋਂ ਜਿਹੜੀ ਵਹਿੜ ਹੈ ਨਾ ਸੋਹਣੀ ਬਣਦੀ, ਵੀ ਥੱਲੋਂ ਚੰਗੀ ਬਣਦੀ ਭਾਈ ਜਾਨ?
ਅੱਛਾ ਭਾਈ ਜਾਨ ਇਹਨੂੰ ਨਾ ਟੋਰ ਕੇ ਮਾੜਾ ਜਿਹਾ ਵਹਾਓ, ਤਿਆਰ ਹੋ ਜੇ ਨਾ ਉਹ ਕਾਫੀ ਬਣ ਗਈ, ਇਹ ਟੋਰ ਕੇ ਵਹਾਇਆ ਜੇ, ਟੋਰੋ ਡਰਦੀ ਪਈ ਏ, ਮੱਠੀ ਮੱਠੀ ਟੋਰੋ, ਆਸਤਾ 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 ਆਸਤਾ, ਰੋਕ ਲਓ ਰੋਕ ਲਓ। ਅੱਛਾ ਜੀ ਮਾਸ਼ਾਲਾ, ਥੱਲੋਂ ਮਾਲਕ ਕਹਿੰਦਾ ਬਹੁਤ ਜ਼ਿਆਦਾ ਬਣਦੀ ਵਹਿੜ, ਮਾਸ਼ਾਲਾ ਸੋਹਣਾ ਲਿਬਾਸ ਏ ਅਤੇ ਕੱਚੀ ਵਹਿੜ ਏ ਜਨਾਬੇ ਵਾਲੀ, ਜਦੋਂ ਤਿਆਰ ਅੱਲਾ ਦੇ ਹੁਕਮ ਨਾਲ ਹੋਵੇਗੀ ਪੂਰੇ ਥੱਬੇ ਹੀ ਲਾਵੇਗੀ, ਬੜਾ ਸੋਹਣਾ ਥਾਣੇ ਆਪੋ ਆਪ ਵਿਰਲਾਂ ਦੇ ਵਿੱਚ ਅਤੇ ਬੰਨੋ। ਅੱਛਾ ਮਾਸ਼ਾਲਾ ਜੀ, ਇਹਦੀ ਵੀ ਤੁਹਾਨੂੰ ਤਸੱਲੀ ਕਰਾ ਦਿਆਂਗੇ ਸਾਰੀ, ਕੈਮਰਾਮੈਨ ਸਾਹਿਬ ਤੁਹਾਨੂੰ ਵਹਾਈ ਜਾਂਦਾ। ਅੱਛਾ ਭਾਈ ਜਾਨ ਇੱਥੇ ਇਹਨੂੰ ਟੋਰ ਕੇ ਵਹਾਓ, ਖੜੀ ਕਰੋ ਨਾਲ ਚੱਲ ਕੇ, ਇੱਥੇ ਰੋਕ ਲਓ ਰੋਕੋ, ਵੇਖਣ ਦਿਓ ਮੈਨੂੰ ਥੋੜ੍ਹੀ ਜਿਹੀ, ਕੈਮਰੇ ਤੋਂ ਘਬਰਾਉਂਦੀ ਪਈ। ਮਾਸ਼ਾਲਾ ਜੀ ਇਹ ਜਿਹੜੀ ਪਹਿਲੇ ਨੰਬਰ 'ਤੇ ਤੁਹਾਨੂੰ ਵਹਾਈ ਏ ਉਹਨੂੰ ਵੀ ਇੱਧਰ ਲਿਆਓ ਭਾਈ ਜਾਨ, ਇਹ ਵੀ ਵੈੜ ਮਾਸ਼ਾਲਾ ਸੋਹਣੀ ਹੈ ਜੀ, ਲਾਜਵਾਬ ਜਾਨਵਰ ਹੈ ਜਨਾਬੇ ਵਾਲੀ, ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ। ਖੜੀ ਕਰੋ ਖੜੀ ਕਰੋ ਖੜੀ ਕਰੋ, ਥੋੜ੍ਹੀ ਥੱਲੋਂ ਲੋਕੇਸ਼ਨ ਵਹਾਣੀ ਹੈ ਤਾਂ ਡਰਦੀ ਪਈ, ਥੋੜ੍ਹੀ ਰੋਕੋ ਨਾ, ਰੋਕੋ, ਇੱਥੇ ਖੜੀ ਕੀਤੀ ਰੱਖਿਆ ਜੀ। ਮਾਸ਼ਾਲਾ ਜੀ ਮਾਸ਼ਾਲਾ, ਕੈਮਰੇ ਤੋਂ ਥੋੜ੍ਹੀ ਡਰਦੀ ਹੈ, ਥੱਲੋਂ ਜਿਹੜਾ ਨਾ ਘਰ ਬੜਾ ਸੋਹਣਾ ਹੈ, ਪੂਰੇ ਥੱਬੇ ਹੀ ਲਾਵੇਗੀ ਇਨਸ਼ਾਲਾ ਤਾਲਾ, ਜੋ ਕੁਛ ਵੀ ਮੇਰੇ ਕੈਮਰੇ ਦੀਆਂ ਅੱਖਾਂ ਦੇ ਸਾਹਮਣੇ, ਠੀਕ ਹੈ ਕਿ ਨਹੀਂ, ਕੋਈ ਤੁਹਾਨੂੰ ਕਮੀ ਨਹੀਂ ਹੈਗੀ ਵਹਾਉਣ ਵਾਲੀ। ਮਾਸ਼ਾਲਾ ਬੜੀ ਅਸੀਲ ਅਤੇ ਸ਼ਰੀਫ ਹੈ, ਵੇਖ ਲਓ ਇਹ ਇਹ ਜਿਹੜਾ ਪਿੱਛੋਂ ਸਾਰੀ ਕੱਚੀ ਜਗ੍ਹਾ ਹੈ, ਇਹ ਪੂਰਾ ਇਹ ਸਾਰਾ ਇਨਸ਼ਾਲਾ ਤਾਲਾ ਇਹਨੇ ਲਿਬਾਸ ਹੀ ਬਣਾਉਣਾ ਅਤੇ ਥਾਣਵੀ ਜਿਹੜਾ ਨਾ ਪੂਰਾ ਮੁੱਠ ਮੁੱਠ ਦਾ ਥਾਣੇ, ਨਸਲ ਜ਼ਾਤ ਬੜੀ ਅੱਲ ਹੈ, ਜੇ ਮੇਰੇ ਕਿਸੇ ਭਰਾ ਦੇ ਪਸੰਦ ਆਵੇ ਇਹ ਵੀ ਆਪਣਾ ਸਰਦਾਰ ਨਦੀਮ ਡੋਗਰ ਸਾਹਿਬ ਕੋਲੇ ਅਤੇ ਲੈ ਕੇ ਦਿਆਂਗੇ। ਬੰਨੋ ਜੀ ਭਾਈ, ਇਹਦੀ ਕਿੰਨੇ ਗੱਲਬਾਤ ਕਰਨੀ ਵੱਡੇ ਭਾਈ ਨੇ ਕਿ ਤੁਸੀਂ ਕਰਨੀ ਹੈ, ਤੁਸੀਂ ਕਰਨੀ? ਅੱਛਾ ਅੱਛਾ ਭਾਈ ਜਾਨ, ਜਾਨਵਰ ਤੁਹਾਡੇ ਵਹਾਉਣ ਵਾਲੀ ਕੋਈ ਕਮੀ ਨਹੀਂ ਛੱਡੀ, ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਏਗਾ ਤਾਂ ਇਨਸ਼ਾਲਾ ਤਾਲਾ ਉਹਨੂੰ ਜ਼ਰੂਰ ਲੈ ਕੇ ਦਿਆਂਗੇ। ਇਹ 3-3 ਇੰਚੀ ਦਾ ਸਿੰਘ ਰੱਖਿਆ ਹੋਇਆ ਅਤੇ ਇਹ ਭਾਈ ਜਾਨ ਪਹਿਲੇ ਬਾਰੇ ਕਿੰਨਾ ਕੁ ਦੁੱਧ ਕਰਦੀ ਰਹੀ? ਅੱਛਾ 13-14 ਕਿਲੋ ਦੁੱਧ ਕਰਦੀ ਰਹੀ। ਵੇਖੋ ਗੱਲ ਲੱਕੀ ਰੱਬੀ ਹੋਣੀ ਚਾਹੀਦੀ ਅਤੇ ਐਤਕੀ ਤਾਂ ਫਿਰ ਇਨਸ਼ਾਲਾ ਤਾਲਾ ਸਾਂਭੀ ਦੁੱਧ ਜ਼ਿਆਦਾ ਕਰੇਗੀ। ਹੈ ਭਾਈ ਨਦੀਮ, ਤੁਹਾਡਾ ਕੀ ਨਾਂ? ਨਦੀਮ। ਉਹਨਾਂ ਭਾਈਆਂ ਦਾ ਨਾਂ? ਅਸ਼ਰਫ। ਅਸ਼ਰਫ, ਸਰਦਾਰ ਨਦੀਮ ਡੋਗਰ। ਹਾਂਜੀ ਮਾਸ਼ਾਲਾ ਜੀ ਮਾਸ਼ਾਲਾ। ਅੱਛਾ ਭਾਈ ਜਾਨ ਵੇਖੋ, ਤੁਹਾਡਾ ਪਹਿਲਾ ਸੌਦਾ ਅਸੀਂ ਨੈੱਟ 'ਤੇ ਚੜਾਉਂਦੇ ਪਏ ਹਾਂ, ਤੁਹਾਡੀਆਂ ਘਰ ਦੇ ਜਾਨਵਰ ਨੇ ਅਤੇ ਇਹ ਜਿਹੜਾ ਨਾ ਜਾਨਵਰਾਂ ਦਾ ਮੁੱਲ ਸੋਹਣਾ ਹੀ ਕਰਨਾ ਅਤੇ ਨੰਬਰ ਵੀ ਤੁਹਾਡਾ ਦਿੱਤਾ ਹੈ ਅਤੇ ਜੇ ਕਿਸੇ ਮੇਰੇ ਭਰਾ ਦੇ ਪਸੰਦ ਆਈ ਤਾਂ ਇਨਸ਼ਾਲਾ ਤਾਲਾ ਤੁਹਾਡੇ ਕੋਲੋਂ ਲੈ ਲੈਣਗੇ ਅਤੇ ਇਹਨਾਂ ਦੀ ਇਹਦੀ ਥਣਾਂ ਦੀ ਗਰੰਟੀ ਸ਼ਰੰਟੀ ਹਰ ਚੀਜ਼ ਦੀ? ਹਾਂਜੀ ਬਿਲਕੁਲ। ਓਕੇ ਪੋਲਾ ਜਵਾਬ। ਵੇਖੋ ਜਿਹਨੇ ਲੈਣੇ ਨੇ ਸਾਡੇ ਜ਼ਿੰਮੇ ਲਾਵੇਗਾ, ਅਸੀਂ ਵੀ ਪਾਸ ਕਰਾਂਗੇ, ਹਰ ਚੀਜ਼ ਦੀ ਗਰੰਟੀ ਦਿਆਂਗੇ ਇਨਸ਼ਾਲਾ ਤਾਲਾ। ਗਲਤ ਜਾਨਵਰ ਨਹੀਂ ਦਿਆਂਗੇ, ਪਹਿਲੇ ਸ਼ੌਰ ਕੋਈ ਸੀ, ਹੁਣ ਸਮਝ ਆ ਗਈ, ਔਨਲਾਈਨ ਜਿਹੜਾ ਨਾ ਖਰਾ ਮਾਲ ਹੀ ਵਿਕਦਾ ਹੈ, ਠੀਕ ਹੈ ਨਾ। ਅੱਛਾ ਭਾਈ ਜਾਨ, ਕਿੰਨੀ ਇਹਦੀ ਡਿਮਾਂਡ ਹੈ ਕੋਈ ਸੁਣੀ ਜੀ ਕਰੋ? ਇਹਦਾ 1,70,000। 1,70,000 ਰੁਪਇਆ? 1,70,000 ਰੁਪਇਆ ਸਰਦਾਰ ਜੀ, ਕੋਈ ਬਹੁਤਾ ਨਹੀਂ ਹੈਗਾ? ਨਦੀਮ ਸਾਹਿਬ ਕਹਿੰਦੇ ਨੇ ਗਾਂ ਵੀ ਵੇਖੋ, ਗਾਂ ਦਾ ਕੱਦ ਬੜਾ, ਗਾਂ ਚੰਗੀ ਹੈ। ਅੱਛਾ ਭਾਈ ਜਾਨ, ਗਾਂ ਤਾਂ ਵੇਖ ਲਈ, ਥੋੜੀ ਜਿਹੀ ਪਿਆਰ ਮੁਹੱਬਤ ਕਰਕੇ ਸੋਹਣੀ ਜੀ ਗੱਲ ਕਰੋ, ਕਿੰਨੇ ਦੀ ਦਿਓਗੇ ਫਾਈਨਲ? ਹੈ ਫਾਈਨਲ 1,60,000 ਹੋ ਜਾਏਗਾ। ਅੱਛਾ ਯਾਰ, 1,60,000 ਰੁਪਇਆ, 1,60,000 ਵੀ ਕੋਈ ਮੇਰੇ ਹਿਸਾਬ 'ਚ ਤਾਂ ਕੁਝ ਜ਼ਿਆਦਾ ਲੱਗਦਾ, ਕੋਈ ਥੋੜੀ ਜਿਹੀ ਮੁਹੱਬਤ ਕਰਕੇ ਅੱਸੀ ਜਾਂਦੇ ਜੀ, ਕੁਝ ਫਾਈਨਲ ਜਿੰਨੇ ਦੀ ਦੇ ਦੇਣੀ, ਜਿਹਦੇ 'ਚੋਂ 100 ਰੁਪਇਆ ਵੀ ਨਹੀਂ ਛੱਡਣਾ। ਚਲੋ 2,000-4,000। ਅੱਛਾ 2,000-4,000 ਘੱਟ ਕਰ ਲਾਂਗੇ, ਯਾਨੀ ਕਿ 2,000-4,000-5 ਹੀ ਘੱਟ ਕਰੋ 1,55,000 'ਚ। ਹੈ ਬਿਲਕੁਲ। ਅੱਛਾ ਜੀ, 1,55,070 ਮੁੱਲ ਕੀਤਾ, 1,55,000 'ਚ ਦੇਣਗੇ ਅਤੇ ਜੇ ਮਜ਼ੀਦ ਬੰਦੇ ਬੜੇ ਅੱਛੇ ਨੇ ਕੋਈ ਪ੍ਰਾਪਤਾ ਕਰੇਗਾ ਤਾਂ ਇਹਦੇ ਨਾਲ ਇਹਨਾਂ ਉਹਦੇ ਨਾਲ ਹੋਰ ਵੀ ਪਿਆਰ ਮੁਹੱਬਤ ਹੋ ਜਾਏਗੀ। ਜਾਨਵਰ ਬੜਾ ਅੱਲ ਹੈ ਮਾਸ਼ਾਲਾ, ਬਹੁਤ ਪਿਆਰਾ ਜਾਨਵਰ, ਜੇ ਮੇਰੇ ਕਿਸੇ ਭਰਾ ਦੇ ਪਸੰਦ ਆਉਣ, ਦੋਵੇਂ ਜਾਨਵਰ ਇਹਨਾਂ ਦੇ ਕੋਲੇ ਨੇ। ਇਸ ਦੇ ਨਾਲ ਹੀ ਉਕਾੜਾ ਐਨੀਮਲ ਟੀਵੀ ਦੀ ਟੀਮ ਨੂੰ ਇਜਾਜ਼ਤ ਦਿਓ, ਇਨਸ਼ਾਲਾ ਤਾਲਾ ਤੁਹਾਡੇ ਲਈ ਅਸੀਂ ਮਿਹਨਤਾਂ ਕੋਸ਼ਿਸ਼ਾਂ ਇਵੇਂ ਕਰਦੇ ਰਹਾਂਗੇ ਅਤੇ ਸਾਡਾ ਮੁੱਲ ਇਹੀ ਪਾਇਆ ਕਰੋ, ਅੱਛੇ ਕਮੈਂਟਸ ਕਰਿਆ ਕਰੋ, ਕੋਈ ਗਲਤੀ ਹੋ ਜਾਂਦੀ ਤਾਂ ਦੱਸਿਆ ਕਰੋ ਵੀ ਇਹ ਗਲਤ ਹੈ। ਇਸ ਨਾਲ ਹੀ ਅੱਲਾ ਹਾਫਜ਼।